ਪ੍ਰਭ ਗਿੱਲ ਮਿਊਜ਼ਿਕ ਯੂਟਿਊਬ ਚੈਨਲ। ਮੇਰੇ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਅੱਜ ਪਹਿਲੀ ਵਾਰ ਇੰਨੀਆਂ ਸਾਲਾਂ ਦਾ ਯੂਟਿਊਬ ਚੈਨਲ ਬਣਾਇਆ ਹੋਇਆ ਪਰ ਅੱਜ ਪਹਿਲੀ ਵਾਰ ਵਲੌਗ ਬਣਾਉਣ ਜਾ ਰਹੇ ਹਾਂ। ਅੱਜ ਅਸੀਂ ਚੱਲੇ ਹਾਂ ਟਰੈਕਿੰਗ ਕਰਨ ਅਤੇ ਆਓ ਤੁਹਾਨੂੰ ਮੁੰਡਿਆਂ ਦੀ ਤਿਆਰੀ ਦਿਖਾਉਂਦੇ ਹਾਂ। ਜੱਸੀ ਮੈਂ ਸਰ ਨਾਤਾ ਨਹੀਂ, ਫਰੰਟ ਕੈਮਰੇ ਨੇ ਜ਼ੂਮ ਨਹੀਂ ਹੁੰਦਾ ਹੁੰਦਾ। ਓ ਸੋਰੀ, ਹਾਂਜੀ ਕੋਈ ਗੱਲ ਨਹੀਂ, ਇਹ ਮੈਨੂੰ ਨਹੀਂ ਸੀ ਪਤਾ। ਇਹ ਮੇਰੇ ਮੈਂ ਨਹੀਂ ਨਾਤਾ, ਕਹਿੰਦੇ ਪਾਣੀ ਉੱਪਰ ਬਹੁਤ ਗਰਮ ਆ, ਫਿਰ ਉੱਥੇ ਜਾ ਕੇ ਨਹਾਉਂਗਾ ਮੈਂ। ਇਹ ਮਜ਼ਾਕ ਕਰ ਰਿਹਾ, ਮੈਂ ਵੀ ਮੈਂ ਨਹਾ ਲਿਆ। ਦੇਖ ਤੈਨੂੰ ਮੈਂ ਫਰੈਸ਼ ਨਹੀਂ ਲੱਗ ਰਿਹਾ? ਪੂਰਾ ਫਰੈਸ਼, ਥੱਲੇ ਫੋਟੋਗ੍ਰਾਫੀ ਚੱਲ ਰਹੀ ਹੈ। ਐਂਡ ਉਹ ਯਾਰ ਇੱਕ ਜ਼ੂਮ ਨਹੀਂ ਹੁੰਦਾ ਹੈ ਨਾ ਫਰੰਟ। ਦੇਖੋ ਤਿਆਰੀ ਉੱਧਰ, ਤੁਹਾਨੂੰ ਇਹ ਸਾਨੂੰ ਲੈ ਕੇ ਆਇਆ ਅਸਲ 'ਚ ਬੱਬਲ ਜੀ, ਖਾ ਰਹੇ ਨੇ ਖਾਣਾ ਅਤੇ ਅਸੀਂ ਹੁਣ ਲੱਗੇ ਹਾਂ ਨਿਕਲ। ਸੋ ਦੇਖਦੇ ਹਾਂ ਕੀ ਬਣਦਾ। ਦਿਨ ਦੀ ਸ਼ੁਰੂਆਤ ਜਿਹੜੀ ਹੋ ਰਹੀ ਆ ਉਹ ਗਰਮ ਗਰਮ ਚਾਹ ਤੋਂ ਹੋ ਰਹੀ ਹੈ। ਪਿੱਛੇ ਸਾਡੇ ਟੂਰ ਮੈਨੇਜਰ ਜਿਹੜੇ ਨੇ ਉਹ ਹੱਥ ਸਾਫ਼ ਕਰ ਰਹੇ ਨੇ ਐਂਡ ਚਾਹ ਪੀਤੀ ਜਾ ਰਹੀ ਆ। ਕਿੱਦਾਂ ਗਾਈਸ, ਰੈਡੀ ਰੈਡੀ ਫੋਰ ਦ ਡੇ? ਵੈਰੀ ਨਾਈਸ। ਬੌਬੀ ਜੀ ਸਾਡੀ ਸੇਵਾ ਕਰ ਰਹੇ ਨੇ, ਥੈਂਕ ਯੂ ਸੋ ਮੱਚ ਬੌਬੀ ਫੋਰ ਐਵਰੀਥਿੰਗ। ਐਂਡ ਇਹ ਪਿਆਰੀ ਜੀ ਸਾਡੀ ਵਾਰਮ ਜੀ ਲੋਕੇਸ਼ਨ ਆ ਜਿੱਥੇ ਅਸੀਂ ਬੈਠ ਕੇ, ਪਿੰਡ ਦਾ ਨਾਮ ਸ਼ੀਲਾ, ਇਹ ਹਾਂ ਇਹ ਸ਼ੀਲਾ ਪਿੰਡ ਹੈ। ਅਤੇ ਹਾਂ ਵੀ ਦੱਸੋ ਮੁੰਡੇ ਕੁਛ, ਕਿੱਦਾਂ ਹਾਓ ਵਾਜ ਯੂਅਰ ਲਾਸਟ ਨਾਈਟ, ਕਿੱਦਾਂ ਦਾ ਰਿਹਾ ਠੰਡ 'ਚ ਸੌਣ ਦਾ ਐਕਸਪੀਰੀਅੰਸ? ਕੱਲ੍ਹ ਅਸੀਂ ਪੂਰੇ 12 ਘੰਟੇ ਟਰੈਵਲ ਕਰਕੇ ਪਹੁੰਚੇ ਇੱਥੇ। ਸੋ ਕੱਲ੍ਹ ਸਾਡੀ ਇੰਨੀ ਹਿੰਮਤ ਨਹੀਂ ਸੀ, ਕੱਲ੍ਹ ਅਸੀਂ ਕੁਛ ਦੱਸ ਸਕੀ। ਰਾਤੀ 12.5 ਡਿਗਰੀ ਸੈਲਸੀਅਸ ਟੈਂਪਰੇਚਰ ਸੀਗਾ। ਇਹ ਬਾਈ ਜੀ ਸਾਨੂੰ ਹੋਰ ਅੱਛਾ ਗਾਈਡ ਕਰਨਗੇ ਜਗ੍ਹਾ ਬਾਰੇ ਜਿੱਥੇ ਅਸੀਂ ਜਾ ਰਹੇ ਹਾਂ। ਥੈਂਕ ਯੂ ਸੋ ਮੱਚ ਵੀਰੇ, ਤੁਸੀਂ ਬੜਾ ਵਧੀਆ ਐਕਸਪਲੇਨ ਕਰ ਰਹੇ ਹੋ ਐਂਡ ਹੋਪ ਕਿ ਹੋਰ ਵਧੀਆ ਕਰੋਗੇ। ਬਾਕੀ ਇਹ ਕਾਹ ਸਾਡਾ ਕਬੂਤਰ ਉੱਡਿਆ ਫਿਰਦਾ, ਇੱਕ ਬੰਦਾ ਇੱਥੇ ਪਿਆ, ਉਹ ਪਤਾ ਨਹੀਂ ਹੁਣ, ਉਹ ਕਹਿੰਦਾ ਮੈਂ 9 ਵਜੇ ਉੱਠਦਾ ਹੁੰਦਾ। ਉਹ ਕਹਿੰਦਾ ਮੈਨੂੰ ਕੋਈ ਨਹੀਂ ਉਠਾ ਸਕਦਾ ਮੇਰੇ ਲਾਣ ਤੋਂ ਬਿਨਾਂ। ਸਹੀ ਹੈ, ਵਧੀਆ ਨਜ਼ਾਰਾ ਪੂਰਾ। ਮੈਂ ਹੈ ਨਹੀਂ ਸੀਗਾ ਪਹਿਲੀ ਜਿਹੜੀ ਇੰਟਰੋ ਮੈਂ ਇੰਨੀ ਘੈਂਟ ਪੇਸ਼ ਕੀਤੀ ਆ ਉਹਦੇ ਵਿੱਚ, ਉਹ ਤੁਸੀਂ ਉਹ ਕਰ ਸਕਦੇ। ਇਹ ਪਾਰਟ ਸਪੈਸ਼ਲੀ ਮੇਰੇ ਲਈ ਸ਼ੂਟ ਕੀਤਾ ਜਾ ਰਿਹਾ ਸੈਲਫੀ ਵੀਡੀਓ 'ਚ। ਸੋ ਗਿੱਲ ਸਾਹਿਬ ਐਕਸਾਈਟਡ ਹੋ ਤੁਸੀਂ? ਮੈਂ ਕਿਹਾ ਐਕਸਾਈਟਡ ਪੂਰੇ, ਕੱਲ੍ਹ ਤਾਂ ਮਰ ਗਏ ਮਾਚੇ ਤੁਹਾਡੇ ਵੀਰੇ। 12-13 ਘੰਟੇ ਦਾ ਸਫ਼ਰ ਕਰਕੇ ਆਏ ਹਾਂ, ਥੱਕ ਜਾਂਦਾ ਬੰਦਾ। ਰਾਤ ਮੈਂ ਬਹੁਤ ਟਾਇਰਡ ਸੀਗਾ, 7-8 ਘੰਟੇ ਹੋਰ ਜਾਣਾ। ਉਹਦੇ ਲਈ ਮਤਲਬ ਕਿਵੇਂ ਬਣਾਇਆ ਮਨ ਜਿਹੜੇ ਅੱਜ ਵਾਲੇ 7-8 ਘੰਟੇ ਨੂੰ? ਉਹ ਤਾਂ ਘਰੋਂ ਹੀ ਬਣਾ ਕੇ ਆਏ ਸੀ। ਹਾਂ, ਨਥਿੰਗ, ਕੁਛ ਅਲੱਗ ਨਹੀਂ ਕੀਤਾ ਇਹਦੇ ਲਈ, ਮਤਲਬ ਮਨ ਵਾਜ਼ ਰੈਡੀ ਫਰੋਮ ਦਾ ਹੋਮ ਜਦੋਂ ਆਪਾਂ ਤੁਰੇ ਸੀ। ਪੱਕੀ ਗੱਲ ਹੈ, ਪਰ ਭਰੋਸਾ ਹੀ ਬਹੁਤ ਆ ਭਰਾਵਾਂ ਦੇ ਵੀ ਇਹਨਾਂ ਨੇ ਖੱਜਲ ਰੱਜ ਕੇ ਕਰਨਾ। ਠੀਕ ਆ, ਘੈਂਟ ਆ ਕੰਮ ਸੀ, ਟਰੈਕ ਕੀਤਾ ਆਲਰੇਡੀ। ਜਿਹੜੀ ਸਭ ਤੋਂ ਖੂਬਸੂਰਤ ਗੱਲ ਆ, ਮੈਂ ਇਹ ਦੱਸਣਾ ਚਾਹੁੰਦਾ ਜੀ, ਪਿਛਲੇ ਬਾਬੇ ਨਾਨਕ ਦੀ ਕਿਰਪਾ ਨਾਲ 9-10 ਸਾਲਾਂ ਤੋਂ ਅਸੀਂ ਭਰਾ ਸਾਰੇ ਇਕੱਠੇ ਹਾਂ, ਪਰ ਇਹ ਪਹਿਲੀ ਵਾਰ ਟੂਰ ਬਣਿਆ ਇੰਡੀਆ ਦਾ। ਬਾਹਰ ਤਾਂ ਭਾਈ ਟਰੈਕਿੰਗ ਤੇ ਜਾਂਦੇ ਰਹਿੰਦੇ, ਕਹਿੰਦੇ ਮੈਂ ਟਰੈਕਿੰਗ ਤੇ ਸਿਰਫ ਕੈਨੇਡਾ ਜਾਣਾ। ਹਾਂ, ਬਾਹਰ ਜਾਣੇ ਹੋਣੇ ਚਾਹੀਦਾ, ਪਰ ਜਿਹੜਾ ਇੰਡੀਆ ਪਹਿਲੀ ਵਾਰ ਟਰੈਕਿੰਗ ਤੇ ਚੱਲੇ, ਸਪੈਸ਼ਲ ਆਪਾਂ ਟਰੈਕਿੰਗ ਕਰਨ ਲਈ ਘਰੋਂ ਨਿਕਲੇ ਆ, ਜਿਹੜਾ ਉਹ ਪਹਿਲੀ ਵਾਰ ਜੀ ਇਹਨਾਂ 12-10 ਸਾਲਾਂ 'ਚ। ਮਤਲਬ ਤਿਆਰ ਹੋ ਤੁਸੀਂ ਪੂਰਾ? ਮੈਂ ਕਿਹਾ ਪੂਰਾ ਫੁੱਲ ਆਨ। ਹੁਣ ਤੈਨੂੰ ਮੈਂ ਡੰਡ ਬੈਠ ਕੇ ਮਾਰ ਕੇ ਦਿਖਾਵਾਂ? ਨਹੀਂ, ਚਲੋ ਤਾਂ ਆਪਾਂ ਹੁਣ ਨਾਲ ਹੀ ਰੱਖਣਾ ਕੈਮਰਾ, ਦਿਖਾਉਂਦੇ ਰਹਾਂਗੇ। ਠੀਕ ਹੈ ਜੀ, ਸੀ ਯੂ ਗਾਇਜ਼, ਸੀ ਯੂ। ਲਓ ਜੀ, ਜਰਨੀ ਸਟਾਰਟ, ਮੁੰਡੇ ਨਿਕਲ ਚੁੱਕੇ ਨੇ। ਕੁਛ ਕਹਿਣਾ ਚਾਹੁੰਦੇ ਹੋ? ਨਹੀਂ, ਦੇਖੋ ਬਹੁਤ ਲੁਤਫ ਆ ਰਿਹਾ, ਜਿੰਨਾ ਮੈਂ ਨੇਚਰ ਦੇ ਕਲੋਜ਼ ਹੁੰਦਾ ਉਹਨਾਂ ਮੈਂ ਹੈਪੀ ਹੁੰਦਾ। ਸੋ ਮੈਂ ਹੈਪੀ,
क्या बात है, वेरी पीसफुल, क्या बात है, आई एम लविंग इट एंड लव, थोड़ा टफ है बट कंफर्ट जोन तक छटना पेंदा ना, लविंग योर कंपनी टू, या मैन ऑलवेज, चीयर्स, चीयर्स माय चीयर्स, चीयर्स। देखो जी बेशक थके हुए हैं पर हौसला ही बहुत है। हां भाई हौसला ही है भाजी, पहुंचेंगे ऊपर तक सिरा। तू कह रहे हैं अभी भी देख लो मुड़ जाने हैं कुछ इधर, मैं कह रहा हूं खीर गंगा जाके आके फिर मुड़ते हैं। अच्छा 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 फिर ठीक है। हाय दिस इज बबल राय ऑन द ट्रैक ऑन फॉर प्रॉपगल पीजी विद द स्पीकर, डू सब्सक्राइब, वेरी हाई, डू सब्सक्राइब प्रॉपगल म्यूजिक। ओके आगे चलो कंफर्ट जोन, चल ही चलो भाई साहब, तो समान आई फ्रॉम ज्यादा चली ओवर हियर। हाय दिस इज सिमी, ਸਾਰੀਆਂ ਚੁਗਲੀਆਂ ਇੱਕ ਪਾਸੇ ਤੇ ਜਿਹੜੀਆਂ ਇੱਥੇ ਬਹਿ ਕੇ ਚੁਗਲੀਆਂ ਹੋ ਰਹੀਆਂ ਨੇ ਨਾ, ਇਹ ਇੱਕ ਪਾਸੇ, ਉਹ ਇੱਕ ਪਾਸੇ, ਇੱਕ ਪਾਸੇ, ਇੱਕ ਪਾਸੇ। ਸੋ ਅਸੀਂ ਹਜੇ ਰਸਤੇ ਚੱਲ ਛੱਡ ਪੈਣੇ, ਆਪਾਂ ਕੀ ਲੈਣਾ ਬਸ। ਹਾਂ ਆਪਾਂ ਆਨੰਦ ਆ ਰਿਹਾ ਪੂਰਾ, ਬੇਸ਼ੱਕ ਅਸੀਂ ਰਸਤੇ ਚ ਪਰ ਪਹੁੰਚਾਂਗੇ, ਪਹੁੰਚਾਂਗੇ। ਮੈਂ ਤਿੰਨ ਵਾਰ ਗਰਦਨ ਲੈ ਕੇ ਆਇਆ ਅੰਦਰ, ਤੂੰ ਕੱਟੀ ਜਾਂਦਾ ਯਾਰ। ਸੌਰੀ ਸੌਰੀ ਸ਼ਕਤੀਮਾਨ, ਠੀਕ ਹੈ ਆ ਗਈ ਹੁਣ ਕੈਂਡ ਬਾਜੀ ਸਿਰਵਾ ਪਿੱਛੇ ਸਾਰੇ ਆਨੰਦ ਲੈ। ਲੋ ਜੀ ਸਵਾਦ ਬਹੁਤ ਆ ਰਿਹਾ, ਤੁਹਾਨੂੰ ਸ਼ਾਇਦ ਮੇਰੀ ਸਾਹ ਦੀ ਆਵਾਜ਼ ਸੁਣ ਕੇ ਐਂ ਲੱਗ ਰਿਹਾ ਹੋਊਗਾ ਵੀ ਥੱਕ ਚੁੱਕੇ ਹਾਂ, ਜੇ ਤੁਹਾਨੂੰ ਲੱਗ ਰਿਹਾ ਤਾਂ ਬਿਲਕੁਲ ਸਹੀ ਲੱਗ ਰਿਹਾ। ਲਓ ਜੀ, ਹਾਂਜੀ ਪਹੁੰਚ ਗਿਆ ਮੁੰਡਿਓ, ਲਓ ਜੀ ਨਜ਼ਾਰਾ ਗਿਆ ਉਸ ਤੋਂ ਬਹੁਤ ਜ਼ਿਆਦਾ ਵਧੀਆ। ਬਾਕੀ ਦੱਸਦੇ ਹਾਂ ਹਜੇ ਸਾਹ ਜੇ ਬਰਾਬਰ ਕਰ ਲਈਏ, ਪਰ ਖੁਸ਼ੀ ਇਸ ਗੱਲ ਦੀ ਹੈ ਕਿ 6-6.5 ਘੰਟੇ ਦਾ ਸਫ਼ਰ ਆਪਾਂ 5 ਘੰਟਿਆਂ 'ਚ ਤੈਅ ਕਰ ਲਿਆ, ਸਹੀ ਸਰ? ਬਹੁਤ ਹਿੰਮਤੀਆਂ ਨਹੀਂ ਹੈ ਤਾਂ ਐਕਸਰਸਾਈਜ਼ ਕਰਨ ਵਾਲੇ, ਜਿਮ ਭਾਵੇਂ ਮਹੀਨੇ ਬਾਅਦ 2-3 ਦਿਨ ਜਾਈਦਾ ਪਰ ਕੰਮ ਆ ਜਾਂਦਾ। ਯੈਸ ਗਿੱਲ ਸਾਹਿਬ ਬਿਲਕੁਲ ਸੱਚ, ਪਹੁੰਚ ਗਏ ਸਹੀ ਲੋਕੇਸ਼ਨ 'ਤੇ, ਨਜ਼ਾਰਾ ਉਮੀਦ ਸੀ ਪਰ ਮੈਨੂੰ ਇਹ ਉਮੀਦ ਸੀ, ਉਮੀਦ ਨਹੀਂ ਸੀ ਜਿਹੜੀ 8-10 ਘੰਟੇ ਜਿਹੜਾ ਅਸੀਂ ਫਿਟਨੈਸ ਦੀਆਂ ਗੱਲਾਂ ਸਾਰੀਆਂ। ਚੰਨ ਮਾਹੀ ਆ ਜਾ ਗੁੱਡ ਮੋਰਨਿੰਗ ਜੀ। ਲੋ ਸਵੇਰ ਦਾ ਸਵਾਦ
ਕਿਵੇਂ ਮੁੰਡੇ ਹੋ ਹਾਊਸ ਦਾ ਜੋਸ਼ ਚਾਹ ਦੀ ਵੇਟ ਕਰਦੇ ਜਮੇ ਹੈਲੀ ਚਾਹ ਪੀ ਕੇ ਦੱਸਾਂਗੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਬਿਊਟੀਫੁਲ ਮਾਰਨਿੰਗ ਗੁੱਡ ਮਾਰਨਿੰਗ ਗਾਇਸ ਗੁੱਡ ਮਾਰਨਿੰਗ ਇਟਸ ਵੈਰੀ ਬਿਊਟੀਫੁਲ ਮਾਰਨਿੰਗ ਅਪ ਹਿਲ ਸਮਵੇਅਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਦੀ ਵੀਡੀਓ ਬਣਾਓ ਤੇ ਹੈਵੀ ਗੱਡੀ ਆਉਂਦੀ ਹੈ ਰੜਾਈ ਤੇ ਕਿੱਥੇ ਖੜੇ ਹੋ ਸਰ ਫਿਰ ਤੁਸੀਂ ਅੱਗੇ ਚੱਲੋਗੇ ਮੈਂ ਫਿਰ ਅੱਗੇ ਆਉਂ ਮਤਲਬ ਤੁਸੀਂ ਹੋਰ ਕਿਤੇ ਧਿਆਨ ਨਹੀਂ ਦੇਣਾ ਸਿਰਫ ਰਾਹ 'ਤੇ ਧਿਆਨ ਦੇਣਾ ਰਾਹ ਬਿਲਕੁਲ ਘੈਂਟ ਆ ਐਡਵੈਂਚਰਸ ਪਤਾ ਨਹੀਂ ਪਰ ਹੋ ਸਕਦਾ ਫਿੱਟ ਬੈਠਦਾ ਕੱਲ੍ਹ ਆਪਾਂ ਨੂੰ ਆਉਂਦੇ ਹੋਏ ਪਰ ਜੋ ਵੀ ਅੱਜ ਮਜ਼ਾ ਆ ਰਿਹਾ ਜਮਾਂ ਬਾ ਕਮਾਲ ਦ੍ਰਿਸ਼ ਨਜ਼ਾਰੇ Love to stay, going back home.